बिलाल ने वहा छड़ना अगली गल जनाब नसीबा दी है।
जेडे भरा दे नसीबा में झोई ना उन्हें माशाला जनाब झोटी लै लेनी है अखा भी दोवे झोटी दिया जनाब इको जिया काली अख जनाब झोटी रख दी है माशाला जनाब पूरे जिसम से भाई निशान है सामने चोन लिबास भरा वेख लिया जी बिलकुल बौली कटती है पता ला दी माशाला जनाब के नूर जेड़ा ना मैं तो बड़े फजल ना खुदा को मान कर ले है तरीके जेड़े मुंह च पानी नहीं तेरा चौंदा सर बावला पूरा करा कर दिया लो जी भाई साहब कैमरे दे सामने आ जा 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 इधर तो कुछ ये तो छुप ले साहब के दे मुकम्मल चा चवा ला तार मिलन गिड़न इधर जनाब तसल्ली भरावा ने कर लेनी है ता के जे कोई भरा मौकिया दे नहीं आ सकता उन्हें जनाब वीडियो दे विच जेड़ा है ना अपनी तसली जनाब कर लेनी है कि कोई रसे दी वंगे दी ये जनाब झोटी ने जरूरत नहीं फजल बच्चे तो बगैर बह के चोने वाला काम है जी बिल्कुल निका जेड़ा साडा ना जी ओ पर दोनों पासे बह के चोड़ी है मैं के एक पासे तक तो दोनों पासे जी बह के इंज दिया साल सल्तान जी बाजी लाली पट गई है के बच्चा लाली जी बिल्कुल जनाब जेड़ा है ना माशाल्लाह गाड़ी जेड़ा है ना ये झोटी दी लत देखनी है भाई निशान बहुत बारीक जी माशाल्लाह जनाब पूर गोल गोल माशाल्लाह चवाई बहा के मुड़ के जनाब बेशक दोवे भरा बह के जनाब दोवां साडा तो जिहड़ा ना चो के माशाल्लाह जनाब मोटी चवाई लो जी गाड़ी चो भी मारो जनाब एक बार चवाई चौवा थाना जी पास जेड़ा ना एक करानी माशाल्लाह ना बैठो जी ना दोवे भरा जेड़ा ना एक बार जवा जेड़ा है ना ਇਸ ਝੋਟੀ ਦੇ ਭਰਾਵਾਂ ਨੇ ਸਰਕਾਰ ਦੇ ਨਾਮਾਂ ਨਹੀਂ ਕਰਮ ਦੇਣੀਆਂ ਜੀ ਬਾਸ਼ਾ ਇਹ ਮੱਝਾਂ ਨਸਲਾਂ ਦੇ ਕੰਮ ਨੇ ਇਹ ਨਸਲਾਂ ਦੇ ਕੰਮ ਅੱਲਾ ਦੇ ਫਜ਼ਲ ਨਾਲ ਤੇ ਭਾਈ ਨਿਸ਼ਾਨ ਤ੍ਰਿਵਿਆ ਦਿਹਾੜੇ ਜੀ 13 14 ਸਿਰ ਫੋੜਾ ਰੱਖਣਾ ਮਾਨਾ ਰੱਖਦਾ ਜੀ ਬਿਲਕੁਲ ਜਨਾਬ ਜੀ ਤੇ ਬਿਜਲੀ ਗਾੜੀ ਵਿੱਚੋਂ 8 ਕਿਲੋ ਠੱਟਾ ਬੌੜਾ ਚੁੰਨੇ ਆ ਮਾਸ਼ਾਅੱਲਾ ਜਨਾਬ ਜਿਹੜੀ ਗਾੜੀ ਹੈ ਨਾ ਝੋਟੀ ਦੀ ਜੀ ਅੱਲਾ ਦੇ ਫਜ਼ਲ ਨਾਲ 2.5 ਕਿਲੋ ਖੁੱਲੀ ਗਾੜੀ ਵੀ ਮਾਸ਼ਾਅੱਲਾ ਜਨਾਬ 2.5 ਕਿਲੋ ਦੀ ਇਹ ਐਸਟਰ ਮਾਨਾ ਵੇਖੋ ਜਣੇ ਪੇ ਚੁੰਦੇ ਜੇ ਇੱਕ ਮਿੰਟ ਤੋਂ ਪਹਿਲਾਂ ਬਾਲਟਾ ਨਾਲ ਨਹੀਂ ਉਸ ਤੇ ਗੱਲ ਕਰ ਬਾਟ ਸਾਹਿਬ ਐਸੇ ਚੀਜ਼ ਦਾ ਮੁੱਲ ਨਹੀਂ ਇਹਦੀਆਂ ਸਾਲਤਾਂ ਦਾ ਇਹਦੀਆਂ ਸ਼ਰਾਬਤਾਂ ਦਾ ਇਸੇ ਚੀਜ਼ ਦਾ ਜਨਾਬ ਝੋਟੀ ਦਾ ਮੁੱਲ ਨਹੀਂ ਹੈ ਵੀ ਕਿ ਵੰਗੇ ਦੀ ਜ਼ਰੂਰਤ ਨਹੀਂ ਨਸਲਾਂ ਜਨਾਬ ਪਛਾਣੀਆਂ ਜਾਂਦੀਆਂ ਨੇ ਸਿਆਣੀਆਂ ਜਾਂਦੀਆਂ ਨੇ ਔਰ ਫਿਰ ਬਾਟ ਸਾਹਿਬ ਕੈਮਰਾ ਵੀ ਅਗਾ ਪਿੱਛੇ ਨਹੀਂ ਕਰਨਾ ਮਾਨ ਅੱਲਾ ਦੇ ਫਜ਼ਲ ਨਾਲ 2 ਮਿੰਟ ਦੀ ਗੇਮ ਹੈ ਸਾਡੀ ਇੱਥੇ ਕੈਮਰਾ ਰੱਖ ਕੇ ਜਨਾਬ ਇੱਕ ਵਾਰੀ ਭਰਾਵਾਂ ਨੂੰ ਜਵਾਬ ਮੁਕੰਮਲ ਇਹ ਝੋਟੀ ਦਾ ਵਹਾ ਕੇ ਤੇ ਫਿਰ ਅਗਲੀ ਝੋਟੀ ਜਿਹੜੀ ਹੈ ਨਾ ਇਹ ਭਰਾਵਾਂ ਨੂੰ ਜਨਾਬ ਟਕਾਣੀ ਹੈ ਮਾਸ਼ਾਅੱਲਾ ਲੈਣੇ ਦੇਣੇ ਜਿਹੜਾ ਹੈ ਨਾ ਇਹ ਨਸੀਬ ਨੇ ਲੱਟ ਕੇ ਹਾਲੀ ਕਰਕੇ ਇੱਕ ਵਾਰੀ ਵਹਾ ਕੇ ਬਾਲਟੀ ਵੀ ਨਹੀਂ ਕਰ ਲੈਣੀ ਹੈ ਜੀ ਮਾਸ਼ਾਅੱਲਾ ਜਨਾਬ ਇੱਕ ਬਾਲਟੀ ਜਿਹੜੀ ਹੈ ਨਾ ਇਹ ਚਵਾਈ ਦੀ ਮੁਕੰਮਲ ਹੋ ਗਈ ਹੈ ਮਾਸ਼ਾਅੱਲਾ ਔਰ ਬੋਲੇ ਵਿੱਚ ਇਹ ਜਨਾਬ ਝੋਟੀ ਫੇਰਦੀ ਪਈ ਹੈ ਲੋ ਜੀ ਨਿੱਕੇ ਚ ਇੱਕ ਵਾਰੀ ਫੇਰ ਦਰਾ ਨਵਾਂ ਕੇ ਜ਼ਿਲ੍ਹਾ ਤਸੀਲ ਇਹ ਗੁਜਰਾਤ ਹੈ ਔਰ ਪਿੰਡ ਜਿਹੜਾ ਹੈ ਨਾ ਇਹ ਚੱਕ ਚੁੰਦਾ ਹੈ ਜਨਾਬ ਅਲਹਮਦੁਲਿਲਾ ਮੁਕੰਮਲ ਚਵਾਈ ਵਹਾ ਕੇ ਫਿਰ ਅਗਲੀ ਝੋਟੀ ਜਿਹੜੀ ਹੈ ਨਾ ਇਹ ਭਰਾਵਾਂ ਨੂੰ ਜਨਾਬ ਟਕਾਣੀ ਹੈ ਕਿਉਂਕਿ ਝੋਟੀ ਦਾ ਚਵਾ ਚੰਗਾ ਹੈ ਔਰ ਝੋਟੀ ਦੀਆਂ ਸਾਲਤਾਂ ਚੰਗੀਆਂ ਨੇ ਸ਼ਰਾਬਤਾਂ ਚੰਗੀਆਂ ਨੇ ਬਾਟ ਸਾਹਿਬ ਤੀਸਰੇ ਦਿਨ ਕਿੰਨਾ ਫੋੜਾ ਦੱਸਿਆ ਜਿਹਦੇ ਕੋਲੇ ਮੈਂ ਨਾ 13-14 ਕਿਲੋ ਫੋੜਾ ਤਰੀਕਿਆਂ ਤੇ ਆ ਗਿਆ ਹਾਜ਼ਰ ਮੌਕੇ ਜੇ ਰਾਤ 60 ਕਾ ਝੋਟੀ ਜਾਏ ਜੇ ਅੱਲਾ ਦੇ ਫਜ਼ਲ ਨਾਲ 17-18 ਦੇ ਜੀ ਬਿਲਕੁਲ ਜਨਾਬ 13-14 ਲੀਟਰ ਹੁਣ ਹਾਜ਼ਰ ਮੌਕਿਆ ਸਵੇਰੇ ਸ਼ਾਮੀ ਜਿੱਥੋਂ ਵੀ ਘਬਰਾ ਹਾਂ ਦਾ ਦਿਲ ਕਰੇ ਪਿਛਲੀ ਜੋੜੀ ਦਾ 4 ਕਿਲੋ ਠੱਡਾ ਬੋਲਾ ਮੇਲੇ ਤੇ ਫੜੇ ਮੂੰਹ ਜ਼ਬਾਨੀ ਨਹੀਂ ਜੀ ਬਿਲਕੁਲ 2.5 ਕਿਲੋ ਅਗਲੀ ਮਾਸ਼ਾਅੱਲਾ ਗਾੜੀ ਦਾ ਜਿਹੜਾ ਲੋ ਜੀ ਬਾਟ ਸਾਹਿਬ ਚਵਾ ਚਵਾ ਦੇ ਬਲਾਲ ਪੈ ਤਕਾਂ ਦਾ ਮਿਲਣ ਗਿਰਨ ਭਰਾਵਾਂ ਨੇ ਵੇਖ ਲਿਆ ਚਵਾਈ ਵੀ ਜਨਾਬ ਝੋਟੀ ਦੀ ਲੱਗੀ ਹੈ ਹੁਣ ਬਿਸਮਿਲਲਾ ਪੜ ਕੇ ਜਨਾਬ ਗੱਲ ਆ ਕੇ ਮੁੱਕ ਦੀ ਇਹ ਮੁੱਲ ਤੇ ਮਾਨ ਅੱਲਾ ਦੇ ਫਜ਼ਲ ਨਾਲ ਭਾਈ ਨਿਸ਼ਾਨ ਗੱਲ ਵੀ ਇੰਜ ਦੀ ਹੋਵੇ ਦੀ ਜੀ ਵਾ ਜਿਹੜਾ ਭਰਾ ਕੋ ਸਮਝਦਾਰ ਹੋਇਆ ਨੇ ਇਨਸ਼ਾਅੱਲਾ ਕਦਾ ਝੋਟੀ ਪਾਟ ਸਾਹਿਬ ਪੁਆ ਕਾਲ ਦੇ ਕੋਈ 100 ਰੁਪਏ ਵੀ ਛੱਡਣਾ ਨਹੀਂ ਕੁਛ ਰੋ ਬਾਬਾ ਸ਼ੇਰਾ ਠੀਕ ਹੈ ਆ ਝੋਟੀ ਭਰਾਵਾਂ ਦੇ ਸਾਹਮਣੇ ਚਵੀ ਗਈ ਹੈ ਸਾਲਤਾ ਨਸਲ ਹਰ ਚੀਜ਼ ਵੇਖ ਲਓ ਜੀ ਦੂਸਰੀ ਬਾਲਟੀ ਲੋ ਜੀ ਲੱਡੋ ਜੀ ਬਾਲਟੀ ਜਿਹੜਾ ਨਾ ਤੇ ਬਹਾਨੇ ਕੋ ਬਿਨਾ ਦੌੜਾ ਵੱਡਾ ਹੋਵੇ ਨਾ ਜੀ ਤਾਂ ਬਦਲ ਨਹੀਂ ਚੀਂਦਾ ਜੇ ਅੱਲਾ ਨੂਰ ਨਾ ਪਾਇਆ ਜੀ ਬਿਲਕੁਲ ਜਨਾਬ ਇਹਨੇ ਨੂਰ ਜਿਹੜਾ ਹੈ ਨਾ ਅੱਲਾ ਪਾਕ ਕੋਲੋਂ ਮੰਗ ਕੇ ਜਿਹੜਾ ਹੈ ਨਾ ਇਹ ਝੋਟੀ ਨੇ ਜਨਾਬ ਲੈ ਲੋ ਜੀ ਬਾਟ ਸਾਹਿਬ ਦੀ ਗ੍ਰੇਟ ਹੁਣ ਬਿਸਮਿਲਲਾ ਪੜ ਕੇ ਜਨਾਬ ਝੋਟੀ ਦਾ ਨਾਮ ਰੱਖਣਾ ਕਿੰਨੇ ਦੀ ਝੋਟੀ ਦੀ ਮੈਂ ਨਾ ਭਾਜ ਜਿਹੜੇ ਭਰਾ ਮੇਰੇ ਨੂੰ ਆ ਕੇ ਮਾਜ ਪਸੰਦ ਜੀ ਇਹ
जनाब दे सकनी है अगे को झोटी जी नंबर दो माशाल्लाह एक नंबर से हो गई है मुकम्मल अगे जनाब झोटी नंबर दो जी कबर वेखनी है भरावा ने लैने देने जनाब नसीब ने जोड़ा झोटिया का जनाब माशाल्लाह चलो जी वर्षा बहुत फिर नसीबा की गल है किसी के जोड़ा पसंद आना या कली पसंद आना इंशाल्लाह भाई निशान जी मझा भरावां दे सामने ने एक ते साडियां मझां होंदियां ने या देर रात विच या दिहाड़ी तो उसने मुकम्मल झोटी वेल छेल जहां बूटी वहां दो जी मूह जो छेद आंदी ए जनाब झोटी मूह पट के एक बार ज जनाब झोटी को गाड़ी झोटी को लिबास इस गल मद्देनजर रखना है अठ दिन जो है झोटी के जनाब बाकी ने पसंद आवे ना झोटी कपन जी किन्ने जनाब ने दे सकनी लेकिन लाना ने बाद झोटी नसल भी वेखनी दात भी वेखनी फजल ना जे डंग तैयार हो झोटी का दूर तक कोई तलक नहीं
माशाला जनाब नींबू हार जेड़ा है ना झोटी अल्लाह दे फज़ल नाल टाइम ते टाइम जेड़ा है ना झोटी जनाब नुचरेगी लो जी अगे जनाब विकिया जेड़िया ने ना माशाल्लाह जनाब अपनी सलाम जेड़ा ना ये पुज गया मेरे तक और मेरी तरफ और मेरी टीम की तरफ जेड़ा ना ये चौखी चौखी जेड़ी है ना ये मुबारकबाद है कि अल्लाह पाक तुहाडे नसीब करे। लो जी मेहमान लाहौर वाले अस्सलाम वालेकुम। अल्लाह पाक का शुक्र है। तुसी सुनाओ क्या सब तो पहला तो अपना नाम दसना है जनाब। मेरा सलीम बेग जी। ठीक हो गया। लो जी भाई सलीम ये बाग साहब को पहली गाड़ी ले गई या आगे भी ले गई है? बाग साहब को तीन चार डंगर पहले भी ले। ठीक हो गया जनाब। आगे भी डंगर खड़े हैं। डंगर निकले ने और अल्लाह के फजल ना साडे भगवान ने जरा साडे कंट्री ये ने जी मेरे नाल आए ने बेटे मेरे ने चार तो आए ने साडे डेरे जी। मैं देखो जी इनना दी मोहब्बत है जनाब। लो जी जनाब रेडी इनना ने लई है सारे देखण वाले आगे जेड़ा है ना ये गुजारिश है कि दुआ करनी है कि अल्लाह पाक चुनी चुंगनी जेड़ा है ना इनना ने नसीब करे। किन्ने दी रेडी लई जे बाकी जिन्हें भी भरा वेखन चाहत मोहब्बत लगन ए जनाब शुक्रिया अदा करने और इसे वीडियो इजाजत चाहवांगे इंशाल्लाह अगली वीडियो दे नाल फिर हाजिर होवांगे। नारा मारना जनाब पाकिस्तान जिंदाबाद पाक फौज जिंदाबाद नारे हैदरी।